ਬਾਪੂ ਰੁਲਦਾ ਸਿੰਘ ਜੀ ਮਾਨਸਾ ਜੋ ਖੁੰਡੇ ਵਾਲੇ ਬਾਪੂ ਜੀ ਉਹ ਆਪਣੇ ਵਿਚਾਰ ਰੱਖਣਗੇ ਜੀ। ਉਹਨਾਂ ਦੇ ਵਿਚਾਰ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕਰਨੇ ਜੀ। ਅਤੇ ਉਹਨਾਂ ਤੋਂ ਬਾਅਦ ਰਾਜਨ ਵੀਲਾ ਜੀ ਜ਼ਿਲ੍ਹਾ ਬਰਨਾਲਾ ਤੋਂ ਉਹ ਵੀ ਤਿਆਰ ਰਹਿਣ ਜੀ। ਰਾਜਨ ਵੀਲਾ ਜੀ ਤਿੱਖੇ ਸੰਘਰਸ਼ ਦੇ ਰਾਹ ਪਏ ਮੇਰੇ ਕਿਸਾਨ ਵੀਰ ਮਜ਼ਦੂਰ ਵੀਰ ਅਤੇ ਸਾਡੀਆਂ ਭੈਣਾਂ, ਪਹਿਲਾਂ ਫਤਿਹ ਸਾਂਝੀ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਘਰਸ਼ ਨੂੰ ਜੇ ਕਹਿ ਦਈਏ ਸੱਤਵੇਂ ਮਹੀਨੇ 'ਚ ਪ੍ਰਵੇਸ਼ ਕਰ ਗਿਆ ਅਤੇ 26 ਤਰੀਕ ਨੂੰ ਕੀ ਗੱਲ ਪਹਿਲਾਂ ਤਾਂ ਬਹੁਤ ਤੇਜ਼ ਸੀ। 26 ਤਰੀਕ ਨੂੰ ਮਹੀਨਾ ਪੂਰਾ ਹੋ ਜਾਂਦਾ ਹੈ। ਆਪਾਂ ਉਸ ਦਿਨ ਕੋਈ ਨਾ ਕੋਈ ਪ੍ਰੋਗਰਾਮ ਲਾਜ਼ਮੀ ਕਰਦੇ ਹਾਂ। ਸਾਡੇ ਪਹਿਲਾਂ ਵੀ ਬੁਲਾਰੇ ਦੱਸ ਗਏ ਨੇ। ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿਣੀ ਆ ਵੀ ਜਿਹੜਾ 26 ਦਾ ਪ੍ਰੋਗਰਾਮ ਹੈ, ਜਿਹੜੇ ਦਾ ਤੁਸੀਂ ਉਰੇ ਹੋ ਉਰੇ ਆਪਦੀ ਹਾਜ਼ਰੀ ਲਵਾਉਂਦੇ ਰਹਿਣਾ, ਜਿਹੜੇ ਚਾਹੇ ਫੋਨ ਕਰੋ, ਸੁਨੇਹੇ ਦਿਓ, ਰਿਸ਼ਤੇਦਾਰ ਹੈ, ਮਿੱਤਰ ਦੋਸਤ ਹੈ, ਜਥੇਬੰਦੀਆਂ ਦੇ ਵਰਕਰ ਨੇ, ਉਹਨਾਂ ਨੂੰ ਸੁਨੇਹੇ ਭੇਜੋ ਭਾਈ 26 ਦੀ ਤਿਆਰੀ ਕਰ ਲਓ। ਸਾਰੇ ਭਾਰਤ ਦੇ ਗਵਰਨਰਾਂ ਨੂੰ ਮੰਗ ਪੱਤਰ ਦੇਣੇ ਨੇ, ਗਵਰਨਰ ਦੇ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਆਉਣੇ ਨੇ। ਇਹ ਫੈਸਲਾ ਅਸੀਂ ਕਿਉਂ ਕੀਤਾ ਵੀ ਪ੍ਰਧਾਨ ਮੰਤਰੀ ਦੀ ਤਾਂ ਮੱਤ ਮਾਰੀ ਪਈ ਹੈ, ਉਹ 'ਤੇ ਦਬਾਅ ਹੈ ਕਾਰਪੋਰੇਟਰ ਘਰਾਣਿਆਂ ਦਾ, ਉਹ ਕਿਸਾਨਾਂ ਦੀ ਗੱਲ ਸੁਣ ਨਹੀਂ ਰਿਹਾ। ਰਾਸ਼ਟਰਪਤੀ ਇੱਕ ਆਜ਼ਾਦ ਹੁੰਦਾ, ਜੇ ਅਸੀਂ ਆਸ ਕਰਦੇ ਹਾਂ ਰਾਸ਼ਟਰਪਤੀ ਤੋਂ, ਉਹ ਹੈਗਾ ਵੀ ਜੇ ਕਹਿ ਦਈਏ ਮਜ਼ਦੂਰ ਪਰਿਵਾਰਾਂ 'ਚੋਂ ਹੈ। ਜੇ ਆ ਦਰਦ ਕਹਾਣੀ ਕਿਸਾਨਾਂ ਮਜ਼ਦੂਰਾਂ ਦੀ, ਜਿੰਨੇ ਵੀ ਸਾਡੇ ਮੰਗ ਪੱਤਰ ਆਉਣਗੇ ਰਾਸ਼ਟਰਪਤੀ ਸਰਕਾਰ ਨੂੰ ਬਾਕਾਇਦੇ ਹਦਾਇਤ ਕਰ ਸਕਦਾ, ਕੈਬਨਿਟ ਦੀ ਮੀਟਿੰਗ ਸਦਾ ਸਕਦਾ ਅਤੇ ਸਰਕਾਰ ਨੂੰ ਰਾਸ਼ਟਰਪਤੀ ਦੀ ਕਹੀ ਗੱਲ 'ਤੇ ਲਾਜ਼ਮੀ ਆ ਵਿਚਾਰ ਕਰਨਾ ਪੈਂਦਾ। ਪਾਸ ਹੋਣੀ ਨਾ ਪਾਸ ਹੋਣੀ ਗਾਹ ਵਾਲੀ ਗੱਲ ਹੁੰਦੀ ਹੈ, ਪਰ ਜੇ ਜਿਵੇਂ ਪ੍ਰਧਾਨ ਮੰਤਰੀ ਨੇ ਚੁੱਪ ਧਾਰੀ ਹੈ ਅਤੇ ਜੇ ਰਾਸ਼ਟਰਪਤੀ ਨੇ ਵੀ ਐਵੇਂ ਚੁੱਪ ਧਾਰ ਲਈ, ਫਿਰ ਮੇਰਾ ਖਿਆਲ ਹੈ ਸਾਡੀ ਜਿਹੜਾ ਕਹਿ ਦਈਏ ਵੀ ਐਡਾ ਉੱਚਾ ਅਹੁਦਾ, ਤਾਂ ਜਿਹੜੇ ਭਾਰਤ ਦੇ ਲੋਕ, ਕੋਈ ਅਸੀਂ ਇਕੱਲੇ ਕਿਸਾਨ ਨਹੀਂ, ਇਕੱਲੇ ਮਜ਼ਦੂਰ ਨਹੀਂ, ਇਕੱਲੇ ਮੁਲਾਜ਼ਮ ਨਹੀਂ, ਇਹ ਅੰਦੋਲਨ 99% ਲੋਕਾਂ ਦਾ ਅੰਦੋਲਨ ਆ, ਤਾਂ ਮੇਰਾ ਖਿਆਲ ਹੈ ਸਾਡੀ ਨਿਰਾਸ਼ਤਾ ਰਾਸ਼ਟਰਪਤੀ ਨੂੰ ਮੈਂ ਤਾਂ ਅੱਜ ਹੀ ਕਹਿਣਾ ਚਾਹੂੰਗਾ, ਉਹ ਨਾ ਮਤਲਬ ਇਸ ਗੱਲ ਨੂੰ ਨਿਰਾਸ਼ਤਾ ਸਾਨੂੰ ਲਿਆਵੇ, ਅਸੀਂ ਨਿਰਾਸ਼ ਹੋਈਏ ਰਾਸ਼ਟਰਪਤੀ ਦੇ ਖਿਲਾਫ, ਕਿਉਂ ਉਹ ਪਵਿੱਤਰ ਅਹੁਦਾ ਹੁੰਦਾ, ਉੱਚਾ ਅਹੁਦਾ ਹੁੰਦਾ, ਪਰ ਜਦੋਂ ਕੋਈ ਗੱਲ ਨਾ ਸੁਣੀ ਜਾਵੇ ਫਿਰ ਨਿਰਾਸ਼ਤਾ ਲਾਜ਼ਮੀ ਆਉਂਦੀ ਹੈ ਅਤੇ ਉਹਦੇ ਖਿਲਾਫ ਬੋਲਣ ਦਾ ਸਮਾਂ ਮਿਲਦਾ ਅਤੇ ਬੋਲਿਆ ਜਾਂਦਾ। ਅਗਲੀ ਗੱਲ, ਤੋਵਰ ਨੇ ਇੱਕ ਉਦੋਂ ਚੱਲਦੀਆਂ ਮੀਟਿੰਗਾਂ 'ਚ ਇੱਕ ਬਿਆਨ ਦਿੱਤਾ ਸੀਗਾ, ਕਹਿੰਦਾ ਵੀ ਜੇ ਸਾਡੇ ਨਾਲ ਲੋਕ ਨਾ ਹੁੰਦੇ ਫਿਰ ਸਾਡੀ ਬਿਹਾਰ 'ਚ ਸਰਕਾਰ ਕਿਵੇਂ ਬਣ ਗਈ। ਠੀਕ ਸੀ, ਮੈਨੂੰ ਲੱਗਦਾ ਉਹਦਾ ਲਾਂਭਾ, ਉਦੋਂ ਅੰਦੋਲਨ ਚੱਲਦੇ ਨੂੰ, ਅੰਦੋਲਨ ਤੋਂ ਪਹਿਲਾਂ ਵੋਟਾਂ ਪਈਆਂ, ਉਹ ਅੰਦੋਲਨ ਚੱਲਦੇ 'ਚ ਨਹੀਂ ਪਈਆਂ। ਮੈਂ ਤੋਵਰ ਨੂੰ ਹੁਣ ਪੁੱਛਣਾ ਚਾਹੁੰਦਾ, ਜਿੱਥੇ ਜਿੱਥੇ ਹੁਣ ਵੋਟਾਂ ਪਈਆਂ, ਹੁਣ ਤਾਂ ਤੁਹਾਡਾ ਪਤੀਲਾ ਮਾਜਤਾ ਨਾ, ਹੁਣ ਤਾਂ ਮੰਨ ਜਾਓ ਗੱਲ ਨੂੰ, ਤੁਸੀਂ ਚਲਾਓ। ਪੰਜਾਬ ਦੀਆਂ ਵੋਟਾਂ ਆ ਰਹੀਆਂ, ਯੂਪੀ ਦੀਆਂ ਵੋਟਾਂ ਆ ਰਹੀਆਂ, ਹੋਰ ਕਈ ਸਟੇਟਾਂ 'ਚ ਵੋਟਾਂ ਪੈਣਗੀਆਂ ਆ ਅਗਲੇ ਮਹੀਨਿਆਂ ਦੇ ਵਿੱਚ, ਚਲਾਓ ਅੰਦੋਲਨ ਨੂੰ, ਉਹਨਾਂ ਚਿਰ ਚੱਲਣ ਦਿਓ, ਫਿਰ ਤੁਹਾਡਾ ਉੱਥੇ ਪਤੀਲਾ ਮਾਂਜਾਂਗੇ, ਲਾਜ਼ਮੀ ਮਾਂਜਣਾ ਪਊਗਾ ਅਤੇ ਮਾਂਜਿਆ ਵੀ ਜਾਊਗਾ। ਚੇਤਾਵਨੀ ਦਿੰਦਾ ਮੈਂ ਸੈਂਟਰ ਸਰਕਾਰ ਨੂੰ, ਤੁਸੀਂ ਕੋਈ ਵੀ ਮਤਲਬ ਕਿਤੋਂ ਅਸਤੀਫਾ ਦੇ ਕੇ ਦੇਖ ਲਓ, ਪ੍ਰਧਾਨ ਮੰਤਰੀ ਅਸਤੀਫਾ ਦੇ ਦੇ, ਜੇ ਦੁਬਾਰੇ ਤੁਹਾਡੀ ਸਰਕਾਰ ਬਣ ਗਈ ਅਸੀਂ ਧਰਨੇ 'ਤੇ ਨਹੀਂ ਬੈਠਾਂਗੇ, ਘਰ ਨੂੰ ਵਗ ਜਾਂਗੇ ਆਪਦੇ,
ਤੁਸੀਂ ਤਾਂ ਅਸਤੀਫਾ ਦੇ ਕੇ ਤਾਂ ਦੇਖੋ ਮਰ ਇਸ ਗੱਲ ਤੋਂ ਬੜਾ ਇੱਕ ਸ਼ੋਸ਼ਾ ਛੱਡਦੇ ਨੇ ਪੰਜਾਬ ਦੇ ਵਿੱਚ ਛੱਡਿਆ ਕਹਿੰਦੇ ਵੀ ਅਸੀਂ ਮਜ਼ਦੂਰਾਂ 'ਚੋਂ ਮੁੱਖ ਮੰਤਰੀ ਬਣਾਉਣਾ ਮੈਂ ਪੁੱਛਣਾ ਚਾਹੁੰਦਾ ਉਹਨਾਂ ਨੂੰ ਤੁਸੀਂ ਪੰਜਾਬ ਤਾਂ ਜਦੋਂ ਜਿੱਤੋਗੇ ਜਿੱਤੋਗੇ ਹਰਿਆਣੇ 'ਚ ਤੁਹਾਡੀ ਸਰਕਾਰ ਹੈ ਖੱਟਰ ਤੋਂ ਅਸਤੀਫਾ ਦਵਾਓ ਕੋਈ ਮਜ਼ਦੂਰਾਂ ਦਾ ਐਮ ਐਲ ਏ ਹੋਊਗਾ ਉਹਨੂੰ ਮੁੱਖ ਮੰਤਰੀ ਬਣਾਓ ਅਸੀਂ ਵੀ ਸਮਝਾਂਗੇ ਜਿੰਨੀ ਵੀ ਆ ਤੁਹਾਡੀਆਂ ਸਟੇਟਾਂ ਸਰਕਾਰਾਂ ਜੇ ਜੱਟ ਬੈਠੇ ਨੇ ਵੱਡੀ ਜਾਤੀ 'ਚੋਂ ਬੈਠੇ ਨੇ ਕੋਈ ਪੰਡਿਤ ਬੈਠੇ ਨੇ ਉਹਨਾਂ ਨੂੰ ਪਾਸੇ ਕਰੋ ਅਤੇ ਸਾਰੇ ਮਜ਼ਦੂਰਾਂ ਨੂੰ ਮੁੱਖ ਮੰਤਰੀ ਬਣਾ ਦਿਉ ਉਦੋਂ ਵਧੀਆ ਗੱਲ ਗਾਹ ਵਾਲੀ ਹੈ ਨਰਿੰਦਰ ਮੋਦੀ ਆਪ ਅਸਤੀਫਾ ਦੇ ਦੇ ਆਪ ਅਸਤੀਫਾ ਦੇ ਕੇ ਕਿਸੇ ਮਜ਼ਦੂਰ ਐਮ ਪੀ ਹੋਊਗਾ ਉਹਨੂੰ ਦੇਖਦਾ ਪ੍ਰਧਾਨ ਮੰਤਰੀ ਬਣਾ ਦੇ ਨਾਲੇ ਸਾਡਾ ਮਸਲਾ ਹੱਲ ਹੋ ਜੂਗਾ ਕਰਕੇ ਤਾਂ ਦੇਖੋ ਉੱਥੇ ਸੱਦੀ ਨਹੀਂ ਬੁਲਾਈ ਨਹੀਂ ਮੈਂ ਨਾਲੇ ਦੀ ਤਾਈ ਉੱਥੇ ਤੁਹਾਨੂੰ ਪੰਜਾਬ 'ਚ ਬਣਨ ਤਾਂ ਕੋਈ ਦਿੰਦਾ ਨਹੀਂ ਇੱਕ ਸੁੱਕਾ ਲਾਰਾ ਲਾਉਣਾ ਮਜ਼ਦੂਰਾਂ ਨੂੰ ਵੀ ਤੁਹਾਨੂੰ ਅਸੀਂ ਮੁੱਖ ਮੰਤਰੀ ਬਣਾਵਾਂਗੇ ਇਸ ਕਰਕੇ ਇਹਨਾਂ ਗੱਲਾਂ 'ਤੇ ਲੋਕਾਂ ਨੂੰ ਭਵਾਉਂਦੇ ਨੇ ਵੱਡੀ ਪੱਧਰ 'ਤੇ ਲੱਗੇ ਨੇ ਆਹ ਹੁਣ ਵੀ ਬੜਾ ਤਰੀਕਾ ਖੇਡਿਆ ਸਾਰੀਆਂ ਚਾਲਾਂ ਇਹਨਾਂ ਦੀਆਂ ਨੇ ਭਾਰਤੀ ਜਨਤਾ ਪਾਰਟੀਆਂ ਦੀਆਂ ਇੱਕ ਥਾਂ ਜਾ ਕੇ ਮਜ਼ਦੂਰਾਂ ਨੂੰ ਇਕੱਠੇ ਕਰ ਲਿਆ ਉਹਨਾਂ ਤੋਂ ਮਤਾ ਪਵਾਤਾ ਵੀ ਅਸੀਂ ਤਾਂ ਜੀ 6000 ਰੁਪਇਆ ਕਿੱਲੇ ਦਾ ਲਵਾਂਗੇ ਅਤੇ ਤੁਸੀਂ ਜਿਹੜੇ ਦੂਜੇ ਪਾਸੇ ਜਿਹੜੇ ਕਿਸਾਨਾਂ ਨੂੰ ਸਮਝ ਨਹੀਂ ਹੈਗੀ ਸਾਡਾ ਅੰਦੋਲਨ ਚੱਲਦਾ ਜਾਂ ਅਸੀਂ ਮੈਂ ਤਾਂ ਉਹਨੂੰ ਧਨੀ ਕਿਸਾਨੀ ਕਹਿਣਾ ਕੁਛ ਜਾ ਕੇ ਪਿੰਡਾਂ 'ਚ ਉਹਨਾਂ ਨੂੰ ਇਕੱਠੇ ਕਰ ਲਿਆ ਅਸੀਂ ਤਾਂ ਜੀ 2800 ਤੋਂ ਵੱਧ ਨਹੀਂ ਦਿੰਦੇ ਉਹ ਨਾ ਤਾਂ ਮਜ਼ਦੂਰਾਂ ਕਿੰਨੀਓ ਭਾਅ ਬੰਨਿਆ ਜਾ ਸਕਦਾ ਅਤੇ ਨਾ ਕੋਈ ਕਿਸਾਨ ਬੰਨ ਸਕਦਾ ਉਹ ਤਾਂ ਕਿਸਾਨ ਜੀਰੀ ਲਵਾਉਣ ਵਾਲਾ ਅਤੇ ਜੀ ਪੌਦ ਲਾਉਣ ਵਾਲਾ ਜਲਵਾਉਣ ਵਾਲਾ ਕਿਸਾਨ ਉਹ ਮਜ਼ਦੂਰ ਦੇ ਘਰੇ ਜਾਊਗਾ ਵੀ ਭਾਈ ਮੇਰੀ 10 ਕਿੱਲੇ ਜੀਰੀ ਲਾਉਣੀ ਹੈ ਉਹਦਾ ਰੇਟ ਦੋਨਾਂ ਦਾ ਭਾਈਚਾਰੇ ਦਾ ਉੱਥੇ ਵੱਜੂਗਾ ਤੁਸੀਂ ਕੋਈ ਰੇਟ ਬੰਨਣ ਵਾਲੇ ਨਹੀਂ ਦੋਨਾਂ ਪਾਸਿਓਂ ਰੇਟ ਬੰਨ ਦਿਓ ਇਹ ਕਿਸਾਨਾਂ ਮਜ਼ਦੂਰਾਂ 'ਚ ਪਾਟਕ ਪਾਉਣੀ ਹੈ ਆਹ ਅੰਦੋਲਨ ਚੱਲਦਾ ਵੀ ਇਹਨਾਂ ਦੀ ਏਕਤਾ ਨਾ ਰਹਿ ਜੇ ਅਸੀਂ ਸੰਯੁਕਤ ਮੋਰਚੇ ਵੱਲੋਂ ਉਸ ਗੱਲ ਦੀ ਨਿਖੇਧੀ ਕਰਦੇ ਹਾਂ ਜਿਹਨੇ ਮਤੇ ਪਾਏ ਨੇ ਮਜ਼ਦੂਰਾਂ ਦੇ ਖਿਲਾਫ ਨਹੀਂ ਪੈਣੇ ਚਾਹੀਦੇ ਸਾਡਾ ਜੇ ਕਹਿ ਦਈਏ ਲੰਮੇ ਸਮੇਂ ਤੋਂ 9 ਮਾਸ ਦਾ ਰਿਸ਼ਤਾ ਅਸੀਂ ਲੜਾਈ ਰਲ ਕੇ ਲੜਨੀ ਹੈ ਅਤੇ ਰਲ ਕੇ ਲੜ ਰਹੇ ਹਾਂ ਇਹ ਸਾਡੇ ਕਿਸਾਨਾਂ ਮਜ਼ਦੂਰਾਂ 'ਚ ਪਾੜ ਖਿੱਤੇ ਕੀ ਕਿਹਾ ਸਾਡੇ ਗੁਰੂ ਕਹਿੰਦੇ ਵੀ ਮਜ਼ਦੂਰਾਂ ਨੂੰ ਤਾਂ ਜਮਾਂ ਲਵੇ ਲਾ ਕੇ ਰਹੋ ਜਾਤ ਪਾਤ ਮਕਾਈ ਆ ਉਹਨੇ ਕੀ ਅਸੀਂ ਗੁਰੂ ਦੇ ਕਹਿਣੇ 'ਤੇ ਚੱਲਦੇ ਹਾਂ ਨਹੀਂ ਚੱਲਦੇ ਇਹੀ ਗੱਲ ਮੈਂ ਬੇਨਤੀ ਕਰਦਾਗਾ ਮੈਂ ਇੱਕੋ ਹੀ ਗੱਲ ਕਹਿ ਕੇ ਆਪਦੀ ਗੱਲ ਸਮਾਪਤ ਕਰਨੀ ਮੈਂ ਮੀਟਿੰਗ 'ਚ ਜਾਣਾਗਾ ਕਿਤੇ ਵੀ ਅਸੀਂ ਇਕੱਠ ਕਰਦੇ ਹਾਂ ਸਾਡੇ ਦੇ ਪਰਚੇ ਦਰਜ ਕਰ ਦਿੰਦੇ ਨੇ ਹੁਣ ਤਾਂ ਸਾਡੇ ਮਾਨਸਾ ਜ਼ਿਲ੍ਹੇ 'ਚ ਸਾਡੀ 'ਚ ਰੱਖ ਕੇ ਜਿੱਥੇ ਮੈਂ ਧਰਨਾ ਦਿੱਤਾ ਕਾਹਦੇ ਵਾਸਤੇ ਦਿੱਤਾ ਸੀਵਰੇਜ ਦਾ ਪਾਣੀ ਸੂਹੇ 'ਚ ਪਾਉਣ ਅਤੇ ਉਹ ਗਾਹਾਂ ਬਾਰਡਰ ਬਕਸਾ ਨੂੰ ਜਾਵੇ ਉੱਥੇ ਵਿਰੋਧ ਕਰਤਾ ਚੱਲ ਕਹਿੰਦੇ ਵੀ ਨਹੀਂ ਪਾਉਂਦੇ ਵਿਸ਼ਵਾਸ ਦਵਾਤਾ ਅਤੇ ਉੱਥੇ ਘੱਟੋ ਘੱਟ 100 ਬੰਦੇ ਦੇ ਪਰਚਾ ਦਰਜ ਕਰਤਾ ਇਹ ਸਰਕਾਰਾਂ ਭੁਲੇਖਾ ਕੱਢ ਦੇਣ ਅਸੀਂ ਵਾਰਸ ਕਿਹਦੇ ਹਾਂ ਪੰਜਵੇਂ ਪਾਤਸ਼ਾਹ ਨੇ ਪ੍ਰਚਾਰ ਕਰਿਆ ਸੀ ਕੋਈ ਤਲਵਾਰ ਨਹੀਂ ਚੱਕੀ ਸੀ ਸਮਝਾਇਆ ਸੀ ਲੋਕਾਂ ਨੂੰ ਉਹਨੂੰ ਤੱਤੀ ਤਵੀ 'ਤੇ ਬਹਾ ਕੇ ਇਹ ਕਿਹਾ ਸੀ ਉਸ ਮੌਕੇ 'ਤੇ ਸ਼ਾਮ ਰਾਜ ਨੇ ਜੇ ਬਾਗੀ ਦਾ ਖੂਨ ਥੱਲੇ ਡੁੱਲ ਜੇ ਧਰਤੀ 'ਤੇ ਤਾਂ ਹੋਰ ਬਾਗੀ ਜੰਮਦਾ ਪਰ ਉਹਨੂੰ ਤਾਂ ਸ਼ਹੀਦ ਕਰਤਾ ਅਤੇ 6ਵੇਂ ਪਾਤਸ਼ਾਹ ਨੇ ਤਲਵਾਰ ਚੱਕ ਲਈ ਕਦੇ ਦੋਲਣ ਹੜਦੇ ਹੁੰਦੇ ਨੇ ਜਿਹੜੇ ਆ ਸਾਡੇ ਲੜਨ ਵਾਲੇ ਲੋਕ ਸੋਨੂੰ ਵੀ ਕਹਿਣਾ ਜਿਹੜਾ ਬੰਦਾ ਕੇਸਾਂ ਤੋਂ ਡਰ ਗਿਆ ਮੇਰੇ 'ਤੇ ਕੇਸ ਦਰਜ ਹੋ ਗਿਆ ਉਹ ਸੰਘਰਸ਼ ਨਹੀਂ ਲੜ ਸਕਦਾ ਜਿਹੜਾ ਬੰਦਾ ਜੇਲ੍ਹ ਤੋਂ ਡਰ ਗਿਆ ਉਹ ਸੰਘਰਸ਼ ਨਹੀਂ ਲੜ ਸਕਦਾ ਜਿਹੜਾ ਬੰਦਾ ਮਰਨ ਤੋਂ ਡਰ ਗਿਆ ਉਹ ਸੰਘਰਸ਼ ਨਹੀਂ ਲੜ ਸਕਦਾ ਪਰ ਸਾਡੀਆਂ ਫੌਜਾਂ ਇਹ ਤਿੰਨਾਂ ਗੱਲਾਂ ਤੋਂ ਨਹੀਂ ਡਰਦੇ ਸਾਡੇ ਕਿਸਾਨ ਸਾਡੇ ਮਜ਼ਦੂਰ ਜਿਹੜਾ ਸਰਕਾਰ ਨੇ ਜ਼ੋਰ ਲਾਉਣਾ ਲਾ ਲਏ ਸਾਡਾ ਅੰਦੋਲਨ ਐਨ ਜੱਜ ਕੇ ਚੱਲੂਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦ ਸਮਾਂ ਜਾਣ ਕੇ ਲਾਉਂਦਾ 10 ਮਿੰਟ ਹੀ ਬਹੁਤ ਬਹੁਤ ਧੰਨਵਾਦ ਹੈ ਜੀ ਇਹ ਸਨ ਬਹੁਤ ਸਤਿਕਾਰਯੋਗ ਸਾਡੇ ਖੁੰਡੇ ਵਾਲੇ ਬਾਪੂ ਬਾਪੂ ਰੁਲਦਾਸ ਸਿੰਘ ਜੀ ਮਾਨਸਾ ਜਿਨ੍ਹਾਂ ਨੇ ਆਪਣੇ ਬਹੁਤ ਚੜ੍ਹਦੀ ਕਲਾ ਲਈ ਵਿਚਾਰ ਦਿੱਤੇ ਨੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਹੁਣ ਮੈਂ ਬੇਨਤੀ ਕਰਾਂਗਾ ਰਾਜਨ ਵੀਲਾ ਜੀ ਜੋ ਜ਼ਿਲ੍ਹਾ ਬਰਨਾਲਾ ਤੋਂ ਨੇ ਉਹ ਆਪਣੇ ਵਿਚਾਰ ਦੇਣ ਜੇ ਰਾਜਨ ਵੀਲਾ ਜੀ ਪਰਮ ਪੂਜਿਆ ਪਾਲ ਮੇਰੇ ਬਹੁਤ ਹੀ